ਜੀ ਇਹ ਸੰਤ ਸਦਾ ਗੁਰਦਿਆਲ ਸਿੰਘ ਜੀ ਬਰਾਬ ਬੜੀ ਉਮਰ ਦੇ ਤਕਾਜ਼ੇ ਦੇ ਨਾਲ ਇੰਨੀ ਯਾਦਾਸ਼ਤ ਰੱਖਣੀ ਵੀ ਛੋਟੀ ਗੱਲ ਨਹੀਂ। ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਹਰ ਸਾਲ ਹੀ ਇਹ ਆਪਣਾ ਉਹਨਾਂ ਕੋਈ ਧਾਰਮਿਕ ਜਾਂ ਕੋਈ ਪੁਰਾਣਾ ਪ੍ਰਸੰਗ ਜਿਹੜਾ ਹੈ ਉਹ ਲੈ ਕੇ ਆਉਂਦੇ, ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਛੋਟੀ ਜਿਹੀ ਇੱਕ ਬਾਈ ਹੈ, ਹਾਂਜੀ ਵਿਹੜੇ ਵਿੱਚ ਰੁੱਖ ਸਨ ਪੁਰਾਣੇ ਸਮੇਂ ਦੀ, ਜਿੱਦਾਂ ਆਪਾਂ ਬਿਲਕੁਲ ਸਾਦੀ ਸਾਦੀ ਜ਼ਿੰਦਗੀ ਬਤੀਤ ਕੇ ਆਏ ਹਾਂ। ਵਿਹੜੇ ਵਿੱਚ ਰੁੱਖ ਸਨ, ਸਾਂਝੇ ਦੁੱਖ ਸਨ, ਬੂਹਾ ਖੁੱਲ੍ਹਾ ਰਹਿੰਦਾ ਸੀ, ਰਾਹੀ ਵੀ ਬਹਿੰਦਾ ਸੀ, ਰਿਸ਼ਤੇ ਨਿਭਾਉਂਦੇ ਸਾਂ, ਰੁੱਸਦੇ ਮਨਾਉਂਦੇ ਸਾਂ, ਪੈਸਾ ਭਾਵੇਂ ਘੱਟ ਸੀ ਮੱਥੇ 'ਤੇ ਨਾ ਵੱਟ ਸੀ, ਕੰਧਾਂ ਕੋਲੇ ਕੱਚੇ ਸਨ, ਸਾਖ ਸਾਰੇ ਸੱਚੇ ਸਨ, ਸ਼ਾਇਦ ਕੁਝ ਪਾਇਆ ਪਰ ਬਹੁਤਾ ਕੁਝ ਹੈ ਗੁਆਇਆ। ਹਾਂਜੀ ਹੁਣ ਮੈਂ ਹਰਮਿੰਦਰ ਸਿੰਘ ਜੀ ਪੁੱਧਰ ਹੋਣ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ 'ਤੇ ਆਉਣ। ਭੁੱਲਰ ਸਾਹਿਬ, ਭੁੱਲਰ ਸਾਹਿਬ ਜੋ ਕਿ ਤੁਸੀਂ ਸਾਹਿਬ ਭਲੀ ਭਾਂ ਜਾਣਦੇ ਹੋ ਕਿ ਬਹੁਤ ਸਾਡੇ ਪੁਰਾਣੇ ਸਮੇਂ ਤੋਂ ਹੀ ਰੇਡੀਓ 'ਤੇ ਵੀ ਹੋਰ ਥਾਵਾਂ 'ਤੇ ਵੀ ਆਪਣੀਆਂ ਕਵਿਤਾ ਜਿਹੜੀਆਂ ਨੇ ਬੋਲਦੇ ਰਹਿੰਦੇ ਨੇ, ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਆਪਣਾ ਕਲਾਮ ਪੇਸ਼ ਕਰਨ।